ਸਲਾਮੁ ਅਲੈਕੁਮ। ਮੈਂ ਆਵਾਮ ਨੂੰ ਤੁਹਾਨੂੰ ਇਹ ਦੱਸਣਾ ਚਾਹੁੰਦਾ ਜੀ ਕਿ ਜਿਹੜੇ ਦੁੱਧ ਘਰ 'ਚ ਦੇਰ ਆਉਂਦੇ ਨੇ ਜਾਂ ਬਾਜ਼ਾਰੋਂ ਦੁੱਧ ਲੈਂਦੇ ਹੋ, ਉਹ ਦੁੱਧ ਵੀ 2 ਨੰਬਰ ਨਹੀਂ ਜੇਗਾ, 4, 5, 6 ਨੰਬਰ ਜੇ। ਉਹਦੇ ਵਿੱਚ ਵੀ ਦੁੱਧ 'ਚ ਰਬੜ ਬਣ ਜਾਂਦਾ ਜੇ। ਦੁੱਧ ਨੂੰ 2 ਦਿਨ ਤੁਸੀਂ ਬਰਫ਼ ਵਾਲੇ ਹਾਣੇ 'ਚ ਰੱਖ ਕੇ ਉਸ ਤੋਂ ਬਾਅਦ ਤੁਸੀਂ ਉਹਨੂੰ ਉਬਾਲਾ ਦਿਓ ਅਤੇ ਉਹ ਇਹ ਰਬੜ ਬਣ ਜਾਏਗਾ। ਇਹ ਰਬੜ ਹੈਗਾ ਜੀ ਅਸਲੀ, ਔਰ ਪਾਣੀ ਅਲੱਗ ਹੋ ਜਾਂਦਾ ਜਿਹੜਾ ਵਿੱਚ ਕੈਮੀਕਲ ਹੈ ਉਹ ਇਹ ਅਲੱਗ ਹੋ ਜਾਂਦਾ। ਇਹ ਸਾਰੇ ਟਰਾਈ ਘਰ 'ਚ ਕਰੋ, ਤੁਹਾਨੂੰ ਪਤਾ ਲੱਗੇ। ਔਰ ਇਹਦੇ ਨਾਲ ਕੈਂਸਰ ਹੋ ਰਿਹਾ, ਹਾਰਟ ਅਟੈਕ ਹੋ ਰਿਹਾ। ਬਾਕੀ ਮੈਂ ਅੱਜ ਟਰਾਈ ਕੀਤੀ ਹੈ, ਮੈਂ ਵੀ ਇਹੋ ਇਸਤੇਮਾਲ ਕਰਦਾ ਰਿਹਾ, ਦੁੱਧ ਇਹੋ ਹੀ ਪੀਂਦਾ ਰਿਹਾ ਵਾ। ਅੱਜ ਮੈਨੂੰ ਪਤਾ ਲੱਗਿਆ ਕਿ 2 ਦਿਨ ਤੋਂ ਬਾਅਦ ਮੈਂ ਕੱਢ ਕੇ ਜਿਸ ਨੇ ਉਬਾਲਿਆ ਅਤੇ ਰਬੜ ਬਣ ਗਿਆ, ਫਿਰ ਮੈਨੂੰ ਪਤਾ ਲੱਗਿਆ ਕਿ ਮੇਰੇ ਪੇਟ 'ਚ ਦਰਦ ਕਿਉਂ ਸੀ, ਇਹ ਰਬੜ ਦੀ ਵਜ੍ਹਾ ਨਾਲ। ਮੇਰੇ ਆਦਾ ਮਿਹਰਬਾਨੀ, ਸਭ ਟਰਾਈ ਕਰੋ, ਆਪਣੇ ਆਪਣੇ ਘਰ 'ਚ ਟਰਾਈ ਕਰੋ, ਤਾਂ ਕਿ ਤੁਹਾਨੂੰ ਤਸੱਲੀ ਹੋ ਜਾਏ ਕਿ ਤੁਸੀਂ ਜ਼ਹਿਰ ਦਾ ਨਹੀਂ ਇਸਤੇਮਾਲ ਕਰਦੇ ਪਏ, ਜ਼ਹਿਰ ਦਾ ਨਹੀਂ ਪੀ ਰਹੇ। ਇਹ ਜ਼ਰੂਰ ਦੇਖਣਾ। ਤੁਹਾਡੀ ਬਹੁਤ ਬਹੁਤ ਮਿਹਰਬਾਨੀ।